ਬਾਕੀ ਅਮਿਤ ਅਰੋੜੇ ਨੂੰ ਮੈਂ ਕਹੂੰਗਾ ਦੇਖ ਤੂੰ ਗਲਤੀ ਕੀਤੀ ਸੰਗਤ ਸਾਰੀ ਹੈਗੀ ਆ ਬਾਬੇ ਦੀ ਜੇ ਸਿਰ ਝੁਕਾ ਕੇ ਨੀਵਾਂ ਹੋ ਕੇ ਮਾਫੀ ਮੰਗ ਲੇਗਾ ਨਾ ਵੀਰ ਕੋਈ ਵੱਡਾ ਛੋਟਾ ਨਹੀਂ ਹੁੰਦਾ ਕੋਈ ਕਿਸੇ ਦੇ ਰੱਬ ਨੂੰ ਕਹਿਣ ਨਾਲ ਕੁਛ ਨਹੀਂ ਹੁੰਦਾ ਜੇ ਤੁਸੀਂ ਲੋਕ ਇੰਨਾ ਤਾਰ ਤਾਰ ਹੋ ਇੰਨੇ ਹੋ ਕੋਈ ਜਦੋਂ ਕਹਿੰਦਾ ਵਿਆ ਤੇ ਆਪਾਂ ਕਿਉਂ ਕਿਸੇ ਦੇ ਉੱਪਰ ਉਂਗਲ ਚੱਕਦੇ ਹਾਂ ਇਹ ਘਰ ਸਾਡਾ ਇਹ ਸਾਰਾ ਦੇਸ਼ ਸਾਡਾ ਘਰ ਹੈ ਇਹਨੂੰ ਉਜਾੜੋ ਨਾ ਨਾ ਉਜਾੜੋ ਇਹ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਇਹ ਪਹਿਲਾਂ ਵੀ ਬੋਲਦਾ ਰਿਹਾ ਬਹੁਤ ਕੁਛ ਸੰਤਾਂ ਦੇ ਖਿਲਾਫ ਮੇਰੇ ਕੋਲ ਸਬੂਤ ਪਏ ਆ ਇਹਦੇ ਉਸ ਬੰਦੇ ਦਾ ਕੋਈ ਮਜ਼ਹਬ ਧਰਮ ਨਹੀਂ ਹੁੰਦਾ ਜਿਹੜੇ ਇਹੋ ਜਿਹੇ ਬਿਆਨਬਾਜ਼ੀ ਦਿੰਦੇ ਉਹਦਾ ਕੋਈ ਮਜ਼ਹਬ ਧਰਮ ਨਹੀਂ ਹੁੰਦਾ ਸ਼ੁਰੂ ਤੋਂ ਹੀ ਇੱਥੇ ਸਾਨੂੰ ਹੱਕ ਨਹੀਂ ਨਾ ਮਿਲੇ ਬਰਾਬਰ ਦੇ ਬਾਬਾ ਜੀ ਜੇ ਹੱਕ ਮਿਲੇ ਹੁੰਦੇ ਸਿੱਖਾਂ ਨੂੰ ਬਰਾਬਰ ਦੇ ਫਿਰ ਤਾਂ ਕੋਈ ਸਮੱਸਿਆ ਹੀ ਨਹੀਂ ਸੀ ਬਾਬਾ ਜੀ ਇੰਨੀ ਘਟੀਆ ਸ਼ਬਦਾਵਲੀ ਕਾਰਨ ਕੀ ਹੈ ਸਿਰਫ ਤੇ ਸਿਰਫ ਸ਼ੋਹਰਤ ਲੈਣ ਵਾਸਤੇ ਏਜੰਸੀਆਂ ਕੋਲ ਪੈਸਾ ਲੈਣ ਵਾਸਤੇ ਝੂਠੀਆਂ ਸ਼ੋਹਰਤਾਂ ਵਾਸਤੇ ਲੋਕ ਕੰਮ ਕਰਦੇ ਨੇ ਪੰਜਾਬ ਦਾ ਅਮਨ ਮਾਹੌਲ ਖਰਾਬ ਕਰਨਾ ਵੀ ਜਦੋਂ ਸਿੱਖ ਹੋਵੇ ਸਿੱਖ ਦੀ ਗ੍ਰਿਫਤਾਰੀ ਦੋ ਦਿਨ ਘਰੇ ਪਹਿਲਾਂ ਹੀ ਅਰੈਸਟ ਪੈ ਜਾਣੀ ਉਹਨੂੰ ਚੱਕ ਕੇ ਹੈ ਨਾ ਉਹਨੂੰ ਕਿੱਥੋਂ ਵੀ ਲੱਭ ਲੈਣਾ ਇਹਨਾਂ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਚੱਕ ਲੈਣੇ ਆ ਸਾਰਾ ਕੁਝ ਕਰ ਲੈਣਾ ਜਿਵੇਂ ਹੁਣ ਗ੍ਰੰਥ ਸਾਹਿਬ ਦੀ ਬੇਦ ਵੀ ਕੀਤੀ ਆ ਤੇ ਸਾਡੇ ਸ਼ਾਹੀ ਇਮਾਮ ਨੇ ਵੀ ਬਿਆਨ ਦਿੱਤਾ ਕਿ ਹੋਰ ਦੇਸ਼ਾਂ 'ਚ ਕਾਨੂੰਨ ਇਹਨੇ ਸਖ਼ਤ ਨੇ ਕਿ ਉੱਥੇ ਮਿੰਟਾਂ 'ਚ ਸੈਕਿੰਡਾਂ 'ਚ ਬੰਦੇ ਫੜੇ ਜਾਂਦੇ ਨੇ ਅੱਜ ਇੱਥੇ ਹਫ਼ਤਾ ਹੋਣ ਚੱਲਦਾ ਵਾ ਤੇ ਉਹ ਬੰਦੇ ਦੀ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਉਹ ਬਾਹਰ ਜਾ ਕੇ ਉਹਦਾ ਵੀਡੀਓ ਪਾਈ ਜਾਂਦਾ ਵਾ ਤੇ ਸਾਡੇ ਲੋਕ ਜਿਹੜੇ ਇੱਥੇ ਬੈਠੇ ਨੇ ਬਸ ਇਹਦੇ ਲਈ ਬੈਠੇ ਕਿ ਉਹਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਤੇ ਉਹਦੇ 'ਤੇ ਕਾਰਵਾਈ ਕੀਤੀ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਤੀ ਜੇ ਕੋਈ ਮੰਦ ਸ਼ਬਦਾਵਲੀ ਵਰਤੇਗਾ ਤੇ ਅਸੀਂ ਨਹੀਂ ਬੋਲਾਂਗੇ ਤੇ ਕੌਣ ਬੋਲੇਗਾ ਬਾਬਾ ਜੀ ਪਹਿਲੇ ਅਸੀਂ ਆਪਣੇ ਗਿਰੀਬਾਨ 'ਚ ਝੱਕੀਏ ਕਿ ਹਾਂ ਵੀ ਕਿਹਾ ਅਸੀਂ ਆਪਣਾ ਘਰ ਗੰਦਾ ਕਰਨ ਦੇ ਹੈਗੇ ਹਾਂ ਹੱਕ ਦੇ ਵਿੱਚ ਜੇ ਅਸੀਂ ਹੈਗੇ ਹਾਂ ਤੇ ਫਿਰ ਸਾਹਮਣੇ ਵਾਲੇ ਦੇ ਵੀ ਕਿੱਚੜ ਸੁੱਟੋ ਜੱਜ ਕੇ ਸੁੱਟੋ ਫਿਰ ਜੇ ਇਹੀ ਕਰਨਾ ਹੈ ਤੇ ਫਿਰ ਘਰ ਬਣਾਇਆ ਕਿਉਂ ਫਿਰ ਤੁਸੀਂ ਕਿੱਚੜ 'ਚ ਹੀ ਰਹਿ ਲਓ ਸੂਣਾ ਵਾਂਗੂ ਤੁਸੀਂ ਦੇਖ ਰਹੇ ਹੋ ਜ਼ੋਰਾਵਰ ਟੀਵੀ ਅਤੇ ਮੈਂ ਤੁਹਾਡਾ ਆਪਣਾ ਪਰਵਿੰਦਰ ਸਿੰਘ ਕਲਾਹਾ ਅਸੀਂ ਅੱਜ ਪਹੁੰਚੇ ਹਾਂ ਸਮਰਾਲਾ ਚੌਂਕ ਲੁਧਿਆਣੇ ਜਿੱਥੇ ਕਿ ਕੁਝ ਦਿਨ ਪਹਿਲਾਂ ਇੱਦਾਂ ਦੀ ਘਟਨਾ ਹੋਈ ਕਿ ਇੱਕ ਵਿਅਕਤੀ ਵੱਲੋਂ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਮੰਦਭਾਗੀ ਸ਼ਬਦਾਵਲੀ ਵਰਤੀ ਗਈ ਸੋ ਉਹਦੇ ਸੰਬੰਧ ਦੇ ਵਿੱਚ ਅੱਜ ਕੁਝ ਸਿੱਖ ਜਥੇਬੰਦੀਆਂ ਵੱਲੋਂ ਇੱਥੇ ਧਰਨਾ ਲਗਾਇਆ ਗਿਆ ਸੋ ਅੱਜ ਅਸੀਂ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਆ ਜੋ ਜਾਣਦੇ ਹਾਂ ਬਾਬਾ ਜੀ ਦਾ ਕੀ ਕਹਿਣਾ ਇਸ ਘਟਨਾ ਬਾਰੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਬਾਬਾ ਜੀ ਤੁਹਾਡਾ ਜੀ ਦਮਨਦੀਪ ਸਿੰਘ ਖਾਲਸਾ ਇਸ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਨਿਲ ਅਰੋੜਾ ਜਿਹੜਾ ਬੰਦਾ ਹੈ ਉਹਦੀ ਗ੍ਰਿਫਤਾਰੀ ਪਾਵੇ ਪ੍ਰਸ਼ਾਸਨ ਪਰਚਾ ਕਰਤਾ ਠੀਕ ਹੈ ਪਰ ਗ੍ਰਿਫਤਾਰੀ ਨੂੰ ਢਿੱਲ ਕਿਉਂ ਇੰਨੀ ਅੱਛਾ ਜੀ ਹਾਂਜੀ ਇਹ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਘਟਨਾ ਸੀ ਵਿਸਤਾਰ ਦੇ ਨਾਲ ਕਿਵੇਂ ਹੋਈ ਸੀ ਕਦੋਂ ਹੋਈ ਸੀ ਕੀ ਗੱਲ ਹੈ ਇਹ 33 ਫੁੱਟ ਰੋਡ ਇੱਧਰ ਪੈਂਦੀ ਆ ਚੰਡੀਗੜ੍ਹ ਵੀਰ ਪੈਲਸ ਤੋਂ ਪਿੱਛੇ ਨੂੰ ਜਾਈਏ ਨਾ ਆਪਾਂ ਉੱਥੇ ਦਾ ਵਾਸੀ ਹੈ ਰਹਿਣ ਵਾਲਾ ਬੰਦਾ ਜਿਹੜਾ ਸ਼ਖਸ ਹੈ ਅਨਿਲ ਅਰੋੜਾ ਨਾਂ ਦਾ ਠੀਕ ਹੈ ਅਸਲ ਦੇ ਵਿੱਚ ਇਹ RSS ਦੇ ਨਾਲ ਸੰਬੰਧਿਤ ਬੰਦਾ ਹੈ ਇਹ ਨਿੱਕਰਧਾਰੀ ਆ ਇਹ ਪਹਿਲਾਂ ਵੀ ਬੋਲਦਾ ਰਿਹਾ ਬਹੁਤ ਕੁਛ ਸੰਤਾਂ ਦੇ ਖਿਲਾਫ ਮੇਰੇ ਕੋਲ ਸਬੂਤ ਪਏ ਆ ਇਹਦੇ ਬਹੁਤ ਬੋਲਿਆ ਇਹ ਅਤੇ ਫਿਰਕਾ ਪ੍ਰਸਤੀ ਦੀ ਅੱਗ ਜਿਹੜੀ ਜਿਹਨੂੰ ਕਹਿੰਦੇ ਹਾਂ ਨਾ ਆਪਾਂ ਇਹੋ ਜਿਹੇ ਬਿਆਨ ਬੋਲਣੇ ਇਹੋ ਜਿਹੇ ਲਫ਼ਜ਼ ਬੋਲਣੇ ਜਿਹਦੇ ਨਾਲ ਸਮਾਜ 'ਚ ਦੋ ਫਾੜ ਪੈ ਜਾਣ ਅੱਗ ਲੱਗ ਜੇ ਸੋ ਇਹਨੇ ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੀ ਮੰਦ ਸ਼ਬਦ ਬੋਲੇ ਨੇ ਬਹੁਤ ਹੀ ਮੰਦ ਸ਼ਬਦ ਬੋਲੇ ਨੇ ਉਹ ਤੁਸੀਂ ਲੱਭ ਲਿਓ ਨੈੱਟ 'ਤੇ ਕਿਤੋਂ ਕਿਉਂਕਿ ਆਪਾਂ ਤਾਂ ਆਪਣੇ ਮੁੱਖ ਤੋਂ ਸ਼ਬਦ ਬੋਲ ਨਹੀਂ ਸਕਦੇ ਅਤੇ ਹਾਂਜੀ ਸੋ ਇੰਨੀਆਂ ਕੁ ਬੇਨਤੀਆਂ ਅਸੀਂ ਤਾਂ ਪ੍ਰਸ਼ਾਸਨ ਦੇ ਚਰਨਾਂ 'ਚ ਹੀ ਕਰਦੇ ਹਾਂ ਵੀ ਸਾਡੇ ਕੋਲ ਅਕੋਰਡਿੰਗ ਟੂ ਲਾ ਆਹੀ ਤਰੀਕਾ ਫਾਈਟ ਕਰਨ ਦਾ ਹੈ ਨਾ ਸੋ ਅਸੀਂ ਕਰ ਰਹੇ ਹਾਂ ਅਤੇ ਜਲਦ ਤੋਂ ਜਲਦ ਗ੍ਰਿਫਤਾਰੀ ਪਾਓ ਅਤੇ ਇਹ ਮੋਰਚਾ ਤਦ ਤੱਕ ਅਣਮਿੱਥੇ ਸਮੇਂ ਲਈ ਲਾ ਦਿੱਤਾ ਗਿਆ ਬਾਬਾ ਜੀ ਘਟਨਾ ਨੂੰ ਜਿਹੜਾ ਹੋਈ ਹੈ ਘਟਨਾ ਕਿੰਨੇ ਦਿਨ ਹੋ ਗਏ ਜੀ ਤਕਰੀਬਨ ਹਫ਼ਤਾ 8-9 ਦਿਨ ਹੋ ਗਏ ਮੇਰੇ ਖਿਆਲ ਕੀ ਕਾਰਨ ਲੱਗ ਰਿਹਾ ਤੁਹਾਨੂੰ ਜਦੋਂ ਇੱਕ ਚੀਜ਼ ਵਾਇਰਲ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਬੋਲਿਆ ਤਾਂ ਪਹਿਲਾਂ ਹੋਊਗਾ ਵਾਇਰਲ ਬਾਅਦ 'ਚ ਹੋਈ ਹੈ ਨਾ ਗੱਲ ਨਹੀਂ ਚਲੋ ਪਰਚਾ ਦਰਜ ਕਰਤਾ ਅਗਰ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਗ੍ਰਿਫਤਾਰੀ ਬਾਬਾ ਜੀ ਹੁਣ ਦੱਸੋ ਜੇ ਕੋਈ ਸਿੱਖ ਹੁੰਦਾ ਸਿੱਖ ਕੋਈ ਕਿਸੇ ਦੇਵੀ ਦੇਵਤੇ ਪ੍ਰਤੀ ਕੋਈ ਅਪਸ਼ਬਦ ਬੋਲਦਾ ਜਦਕਿ ਸਿੱਖ ਇੱਦਾਂ ਨਹੀਂ ਬੋਲ ਸਕਦਾ ਅਸੀਂ ਸਤਿਕਾਰ ਕਰਦੇ ਹਾਂ ਅਸੀਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਫਿਰ ਸੀਸ ਝੁਕਾਉਂਦੇ ਹਾਂ ਜਦੋਂ ਅਰਦਾਸ ਕਰਦੇ ਹਾਂ ਨਾ ਪਹਿਲਾਂ ਫਿਰ
ਸੀਸ ਚੁਕਾ ਕੇ ਮੱਥੇ 'ਤੇ ਲਾਉਂਦੇ ਹਾਂ, ਕਿਉਂ ਲਾਉਂਦੇ ਹਾਂ, ਅਸੀਂ ਕਹਿੰਦੇ ਹਾਂ ਸਰਬੱਤ ਦਾ ਭਲਾ। ਸੋ ਇਹ ਲੋਕ ਫਿਰਕਾ ਪ੍ਰਸਤੀ ਦੀ ਅੱਗ ਲਾ ਕੇ ਦੋ ਫਾੜ ਕਰਦੇ ਨੇ, ਇਹਨਾਂ ਦਾ ਮੋਟਿਵ ਹੈ, ਇਹ ਤੁਰੇ ਹੋਏ ਨੇ ਪੱਕੇ, ਇਹ ਅੱਜ ਦੇ ਨਹੀਂ, ਵੈਰੀ ਕਲੈਵਰ ਮਾਈਂਡਡ ਪਰਸਨ ਨੇ ਇਹ। ਹਾਂਜੀ ਹਾਂਜੀ, ਜਿਵੇਂ ਹੁਣ ਮੰਨ ਲਓ ਆਪਾਂ ਦੇਖਿਆ ਕਿਸਾਨੀ ਅੰਦੋਲਨ ਆ, ਉਹਦੇ ਵਿੱਚ ਵੀ ਲਗਾਤਾਰ ਮਤਲਬ ਮੋਰਚੇ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇੱਧਰ ਪੰਜਾਬ ਵਿੱਚ ਹਾਲਾਤ ਮੈਂ ਇੱਕ ਤੁਹਾਨੂੰ ਦੱਸਣੀ ਚਾਹੁੰਦਾ, ਦੇਖੋ ਬਾਹਰ ਵੀ ਮਹਾਰਾਜ ਪ੍ਰਕਾਸ਼ ਆ ਸਾਰੀਆਂ ਕੰਟਰੀਆਂ ਦੇ ਵਿੱਚ, ਉੱਥੇ ਵੀ ਸਾਰੇ ਧਰਮਾਂ ਜਾਤਾਂ ਦੇ ਲੋਕ ਰਹਿੰਦੇ ਆ, ਕਦੇ ਉੱਥੇ ਬੜੀ ਬੇਅਦਬੀ ਨਹੀਂ ਹੋਈ? ਕਿਉਂ ਮਤਲਬ ਪੰਜਾਬ ਦੇ ਵਿੱਚ ਲਗਾਤਾਰ ਇੱਦਾਂ ਬੇਅਦਬੀ ਹੋ ਗਈ ਜਾਂ ਇੱਦਾਂ ਗੰਦੇ ਸ਼ਬਦਾਵਲੀ ਵਰਤਣੀ, ਕਿਉਂ ਐਵੇਂ ਹੋ ਰਿਹਾ ਜੀ? ਤੁਸੀਂ ਦੇਖੋ ਪੰਜਾਬੀ, ਪੰਜਾਬ ਪੰਜਾਬੀ, ਪੰਜਾਬ ਪਾਣੀ, ਹੈ ਨਾ, ਇਹਨਾਂ ਨਾਲ ਜੁੜਿਆ ਹੋਇਆ ਪੰਜਾਬ, ਸਾਡੀ ਪੰਜਾਬੀ ਇਹ ਖੋ ਰਹੇ ਨੇ। ਹੁਣ ਇਹਨਾਂ ਨੇ ਪੰਜਾਬੀ 'ਤੇ ਵੀ ਰੋਕ ਲਾ ਦਿੱਤੀ CBSE 'ਚ ਕਹਿੰਦੇ ਆ। ਹਾਂ, ਸੋ ਇਹ ਬੇਨਤੀ ਹੈ ਵੀ ਅੱਜ ਦੇ ਨਹੀਂ, ਅਸੀਂ ਸੰਘਰਸ਼ ਕਰ ਰਿਹਾ ਪੰਜਾਬ ਦਾ ਜਿਹੜਾ ਵਾਸੀ ਹੈ, ਪੰਜਾਬ 'ਚ ਜਿਹੜੇ ਜੰਮੇ ਨੇ, ਇਹਨਾਂ ਨੂੰ ਨਿੱਤ ਮੁਹਿੰਮਾਂ ਨੇ, ਇਹ ਸ਼ੁਰੂ ਤੋਂ ਹੀ ਆਪਣੀ ਆਵਾਜ਼ ਉਠਾ ਰਹੇ ਨੇ, ਸ਼ੁਰੂ ਤੋਂ ਹੀ। ਇੱਥੇ ਸਾਨੂੰ ਹੱਕ ਨਹੀਂ ਨਾ ਮਿਲੇ ਬਰਾਬਰ ਦੇ ਬਾਬਾ ਜੀ, ਜੇ ਹੱਕ ਮਿਲੇ ਹੁੰਦੇ ਸਿੱਖਾਂ ਨੂੰ ਬਰਾਬਰ ਦੇ, ਫਿਰ ਤਾਂ ਕੋਈ ਸਮੱਸਿਆ ਹੀ ਨਹੀਂ ਸੀ ਬਾਬਾ ਜੀ। ਇਹ ਅਨਜਸਟਿਸ ਹੈ ਜਿਹੜਾ, ਉਹ ਬਹੁਤ ਕੁਛ ਪੈਦਾ ਕਰਦਾ, ਉਹ ਅੰਦਰ ਖਲਾਓ ਪੈਦਾ ਕਰਦਾ, ਸਮਾਜ 'ਚ ਦੁਫਾੜ ਪੈਦਾ ਕਰਦਾ। ਇਹ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ ਵੀ ਜਦੋਂ ਸਿੱਖ ਹੋਵੇ, ਸਿੱਖ ਦੀ ਗ੍ਰਿਫਤਾਰੀ ਦੋ ਦਿਨ ਘਰੇ ਪਹਿਲਾਂ ਹੀ ਅਰੈਸਟ ਪੈ ਜਾਣੀ, ਉਹਨੂੰ ਚੱਕ ਕੇ, ਹੈ ਨਾ, ਉਹਨੂੰ ਕਿੱਥੋਂ ਵੀ ਲੱਭ ਲੈਣਾ ਇਹਨਾਂ ਨੇ, ਉਹਨਾਂ ਦੇ ਰਿਸ਼ਤੇਦਾਰ ਵੀ ਚੱਕ ਲੈਣੇ ਆ, ਸਾਰਾ ਕੁਛ ਕਰ ਲੈਣਾ। ਸੋ ਸਾਡੀ ਇਹੀ ਬੇਨਤੀ ਆ ਵੀ ਪ੍ਰਸ਼ਾਸਨ ਇਹਨਾਂ ਨੂੰ ਸ਼ਹਿ ਨਾ ਦੇਵੇ। ਠੀਕ ਆ ਜੀ। ਸੋ ਜੇ ਸ਼ਹਿ ਦਿਓਗੇ ਤਾਂ ਇਹ ਮਾਹੌਲ ਖਰਾਬ ਹੋਊਗਾ। ਬਿਲਕੁਲ ਜੀ। ਹਾਂਜੀ ਦੇਖੋ, ਹਾਂ ਗੱਲ ਤੁਹਾਡੀ ਉਹ ਭਾਈ ਬਿਲਕੁਲ ਸਹੀ ਆ, ਆਮ ਜਿਹੜੀ ਪਬਲਿਕ ਹੈ ਉਹ ਵੀ ਬਹੁਤ ਪਰੇਸ਼ਾਨ ਹੋ ਰਹੀ ਹੈ, ਦੋਸ਼ੀ ਨੂੰ ਗ੍ਰਿਫਤਾਰ ਕਰੋ ਤਾਂ ਜੋ ਜਿਹੜਾ ਇਨਸਾਫ਼ ਹੈ, ਸੱਚ ਝੂਠ ਦਾ ਨਤਾ ਦੇਖੋ ਪ੍ਰਸ਼ਾਸਨ ਨੇ ਕਰਨਾ ਹੁੰਦਾ ਪ੍ਰਸ਼ਾਸਨ। ਇਹ ਅਸੀਂ ਨਹੀਂ ਨਾ ਚਾਹੁੰਦੇ ਵੀ ਕੋਈ ਪਰੇਸ਼ਾਨ ਹੋਵੇ। ਮੈਂ ਕਿਹਾ ਅਸੀਂ ਦੇਖੋ, ਆਪਾਂ ਆਪ ਬਿਜ਼ਨਸਮੈਨ ਹਾਂ ਮੈਂ, ਠੀਕ ਆ ਜੀ, ਮੇਰੇ 3 ਸ਼ੋਰੂਮ ਆ ਲੁਧਿਆਣੇ ਸ਼ਹਿਰ 'ਚ, ਮੈਂ ਗਿਫਟ ਗੈਲਰੀ ਚਲਾਉਂਦਾ, ਮੈਂ ਇੰਟੀਰੀਅਰ ਡਿਜ਼ਾਈਨਰ ਹਾਂ, ਇਸ ਰੂਪ ਮਹਾਰਾਜ ਨੇ ਬਖਸ਼ਿਆ, ਅਸੀਂ ਵੈਸੇ ਰਹਿੰਦੇ ਹਾਂ, ਬਿਜ਼ਨਸਮੈਨ ਪਰਸਨ ਹਾਂ, ਅਸੀਂ ਤਾਂ ਆਪਣੀ ਦੁਕਾਨਾਂ ਬੰਦ ਕਰਕੇ ਆਏ ਹਾਂ ਬਾਬਾ ਜੀ। ਠੀਕ ਆ ਜੀ, ਹੈ ਨਾ। ਸੋ ਇਹ ਨਹੀਂ ਗੱਲ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਤੀ ਜੇ ਕੋਈ ਮੰਦ ਸ਼ਬਦਾਵਲੀ ਵਰਤੇਗਾ ਤਾਂ ਅਸੀਂ ਨਹੀਂ ਬੋਲਾਂਗੇ, ਅਤੇ ਕੌਣ ਬੋਲੇਗਾ ਬਾਬਾ ਜੀ? ਬਾਬਾ ਜੀ, ਜਿਹੜੇ ਗੁਰੂ ਨਾਨਕ ਮਹਾਰਾਜ ਨੇ ਸਾਡੇ, ਹੈ ਨਾ, ਉਹ ਸਭ ਧਰਮਾਂ ਦੀ, ਹਰ ਧਰਮ ਦੇ ਲਈ, ਹਰ ਇੱਕ ਬੰਦਾ ਉਹਨੂੰ ਮਤਲਬ ਉਹਦੀਆਂ ਸਿੱਖਿਆਵਾਂ ਨੇ ਜਿਹੜੀਆਂ 'ਤੇ ਚੱਲਦਾ, ਚਾਹੇ ਉਹ ਹਿੰਦੂ ਨੇ, ਈਸਾਈ ਨੇ, ਮੁਸਲਿਮ ਨੇ, ਹੈ ਨਾ। ਦੋ ਵਰਨਾ ਕੋ ਸਾਂਝਾ ਉਪਦੇਸ਼ ਹੈ, ਚਾਰ ਦਰਵਾਜ਼ੇ ਨੇ, ਇਹ ਤਾਂ ਹਿੰਦੂ ਸਿੱਖ ਵਾਲਾ ਤਾਂ ਮੁੱਦਾ ਹੀ ਨਹੀਂ ਕੋਈ। ਇਹ ਬਣਾ ਕੇ ਇਹ ਸਿਆਸਤ ਕਰਨਾ ਚਾਹੁੰਦੇ ਆ, BJP ਇਹਨਾਂ ਦੀ ਸਪੋਰਟ ਹੈ ਪਿੱਛੋਂ, ਇਹ RSS ਪਿੱਛੋਂ ਸਪੋਰਟ ਹੈ ਇਹਨਾਂ ਦੀ, ਇਹ ਇੱਥੇ ਚਾਹੁੰਦੇ ਨੇ ਰਾਸ਼ਟਰਵਾਦ ਨੂੰ ਫੈਲਾਉਣਾ, ਇਹ ਚਾਹੁੰਦੇ ਨੇ ਮਾਹੌਲ ਖਰਾਬ ਕਰਨਾ, ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ। ਆ ਜਿਹੜੇ ਮੰਡ ਵਰਗੇ ਨੇ, ਅਮਿਤ ਅਰੋੜੇ ਵਰਗੇ ਨੇ, ਕਈ ਸ਼ਿਵ ਸੈਨਿਕ, ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ, ਕਈ ਹੈਗੇ ਨੇ ਇਹੋ ਜਿਹੜੇ ਜਾਣ ਕੇ ਭੜਕਾਊ ਬਿਆਨ, ਉਹਨਾਂ ਦਾ ਕੰਮ ਹੀ ਇਹੀ ਹੈ, ਪੇਡ ਪਰਸਨ ਨੇ ਜੀ। ਅਤੇ ਬਾਬਾ ਜੀ, ਮੈਂ ਦੇਖਿਆ ਅੱਜ ਇਕੱਠ ਬਹੁਤ ਆ ਸੰਗਤਾਂ ਦਾ, ਬਹੁਤ ਸੰਗਤਾਂ ਨੇ, ਮੈਂ ਦੇਖਿਆ ਇੱਥੇ ਆ ਕੇ ਹਿੰਦੂ ਵੀ ਨੇ, ਮੁਸਲਿਮ ਵੀ ਨੇ, ਸਿੱਖ ਵੀ ਨੇ, ਈਸਾਈ ਵੀ ਨੇ, ਸਾਰੇ ਧਰਮਾਂ ਦਾ ਸਾਂਝਾ 'ਚ ਮੈਨੂੰ ਲੱਗ ਰਿਹਾ ਵੀ ਇਹ। ਬਾਬਾ ਜੀ, ਇਹ ਮਤਲਬ ਮੋਰਚਾ ਕਦ ਤੱਕ ਲੱਗਿਆ ਰਹੂਗਾ ਜੀ? ਅਣਮਿੱਥੇ ਸਮੇਂ ਲਈ, ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਪਾਲਣ ਦਾ ਪ੍ਰਸ਼ਾਸਨ। ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਤੁਸੀਂ ਥੋੜ੍ਹੀ ਮਿਹਨਤ ਹੰਭਲਾ ਮਾਰੋ, ਅਸੀਂ ਤਾਂ ਆਪ ਚਾਹੁੰਦੇ ਹਾਂ ਵੀ ਐਸੀ ਤੰਗ ਨਾ ਹੋਵੇ, ਸਾਡੇ ਲਈ ਤਾਂ ਸੰਗਤ ਹੀ ਹੈ, ਸੰਸਾਰ ਸੰਗਤ ਹੀ ਹੈ। ਇਹ ਮਤਲਬ ਇੱਕ ਗੱਲ ਹੋਰ ਆ ਬਾਬਾ ਜੀ, ਜਿਵੇਂ ਇਹ ਅੱਜ ਜਦੋਂ ਮੋਰਚਾ ਲੱਗਿਆ ਸਵੇਰੇ 9 ਵਜੇ ਦਾ ਲਗਭਗ, ਕਿਸੇ ਪ੍ਰਸ਼ਾਸਨ ਦੇ ਨਾਲ ਕਿਸੇ ਆਪਣੇ ਵਿਅਕਤੀ ਦੀ ਕੋਈ ਗੱਲਬਾਤ ਹੋਈ ਹੈ ਜੀ? ਦੇਖੋ, ਪ੍ਰਸ਼ਾਸਨ ਸਾਡੇ ਨਾਲ, ਸਾਨੂੰ ਕਹਿੰਦਾ ਵੀ ਹੈਗੇ ਹਾਂ ਅਸੀਂ ਤੁਹਾਡੇ ਨਾਲ ਹਾਂ, ਪ੍ਰਸ਼ਾਸਨ ਕਹਿੰਦਾ, ਅਤੇ ਮੈਨੂੰ ਪਤਾ ਲੱਗਿਆ ਵੀ ਉਹਦੇ ਉੱਧਰ ਰੇਡਾਂ ਰੂਡਾਂ ਵੀ ਤੇਜ਼ ਕੀਤੀਆਂ ਇਹਨਾਂ ਨੇ, ਕਾਫੀ ਮਤਲਬ ਥੋੜ੍ਹਾ ਜਿਹਾ ਤੇਜ਼ ਹੋਇਆ ਕੰਮ, ਅਤੇ ਅਸੀਂ ਤਾਂ ਚਾਹੁੰਦੇ ਹਾਂ ਵੀ ਜਲਦ ਤੋਂ ਜਲਦ ਤੁਸੀਂ ਉਹਦੀ ਗ੍ਰਿਫਤਾਰੀ ਪਾ ਲਓ। ਹਾਂਜੀ, ਕੋਈ ਬਾਬਾ ਜੀ ਸੁਨੇਹਾ ਸੰਗਤ ਨੂੰ, ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਕੀ ਦੇਣਾ ਚਾਹੁੰਦੇ ਹੋ ਜੀ? ਸੁਨੇਹਾ ਇਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਇਕੱਲੇ ਮੇਰੇ ਨਹੀਂ, ਇਕੱਲੇ ਸਿੱਖਾਂ ਦੇ ਨਹੀਂ, ਸਮੁੱਚੇ ਸੰਸਾਰ ਦੇ ਨੇ। ਗੁਰੂ ਨਾਨਕ ਪਾਤਸ਼ਾਹ ਕਿੰਨਾ ਦੂਰ ਦੂਰ ਗਏ ਨੇ, 4 ਉਦਾਸੀਆਂ ਕੀਤੀਆਂ ਨੇ। ਸੋ ਬੇਨਤੀ ਚਰਨਾਂ 'ਚ ਇਹ ਹੈ ਕਿ ਵੀ ਤੁਸੀਂ ਸਾਰੇ ਇਸ ਗੱਲ 'ਤੇ ਨਾ ਖੜ੍ਹੇ ਹੋਣ, ਹਿੰਦੂ ਕਮਿਊਨਿਟੀ ਖੜ੍ਹੀ ਹੋਵੇ, ਹੋਰ ਕਮਿਊਨਿਟੀਆਂ ਖੜ੍ਹੀਆਂ ਹੋਣ, ਇਹਨੂੰ ਹਿਊਮਿਨਿਟੀ 'ਤੇ ਲੈ ਕੇ ਚੱਲਣ ਵੀ ਗੁਰੂ ਨਾਨਕ ਪਾਤਸ਼ਾਹ ਨੂੰ, ਜਿਹੜੇ ਸਮਾਜ 'ਚ ਦੋ ਫੜ ਪਾਉਂਦੇ ਨੇ ਇੱਦਾਂ ਦੇ ਲੋਕ, ਉਹਨਾਂ ਨੂੰ ਇੱਕ ਵਾਰ ਤਾੜਨਾ ਕਰੋ, ਤੁਹਾਡਾ ਵੀ ਫਰਜ਼ ਬਣਦਾ ਸਾਰਿਆਂ ਦਾ ਜੀ। ਉਹਦਾ ਵੈਸੇ ਸਮਾਜਿਕ ਬਾਈਕਾਟ ਮਹੱਲੇ ਨੇ ਤਾਂ ਕਰਤਾ ਉੱਥੇ ਦੇ। ਹਾਂਜੀ,
चलो बहुत बड़ी एक गल जी पता लगी है भी महल ने समाजिक जो बाइकआउट करता। सो असी उम्मीद करते हैं जल्द तो जल्द प्रशासन है यदा नतीजा क्ढे ता जो जिहड़ियां आम संगतां ने वह भी खज्जल खुआर ना होण जां साडे क्योंकि साडा पहला ही जिहड़ा देखिया भी अपना पंजाब ने शुरू किया अंदोलन जिहड़ा किसानां दा अंदोलन दिल्ली के बॉर्डर ते चल रहा है। सो उम्मीद करते हैं जी तुहानूं वीडियो चंगी लगी वीडियो वध तो वध स्नेह नूं वध तो वध बाबा जी दे स्नेह नूं जरूर शेयर करियो। हाँ जी बाबा जी की नाम है जी तुहाडा? मेरा नाम प्रीतम सिंह खालसा। असी अज इत्थे जो धरने ते बैठे हैं मजबूरन होकर सानू धरना ला रहे हैं, पर सानू कोई शौक नहीं है। जे साडे दिल्ली च किसान बैठे आ मजबूर होकर सानू ऐलान करना पैंदा कि देखो जी कानून रद्द कराओ। उत्थे किसानी अंदोलन नू ढाल लैण वास्ते ते जिहड़े इहो जे घटिया लोग ने, मैं फिर बेनती करा वो किसे धर्म का नहीं हैगा जी, उस बंदे का कोई मजहब धर्म नहीं हुंदा। जिहड़े इहो जे बयानबाजी दिंदे उहदा कोई मजहब धर्म नहीं हुंदा। ये लोग की आ गनमैन लैण लईए ਪੰਜਾਬ ਦਾ ਮਾਹੌਲ ਖਰਾਬ ਕਰ ਲਈਏ ਇਹੋ ਜਿਹੇ ਬਿਆਨ ਦਿੰਦੇ ਨੇ। ਜਿਹੜੀ ਬੱਬੀ ਘਟਨਾ ਹੋਈ ਆ ਵਿਸਤਾਰ ਨਾਲ ਦੱਸੋ ਵੀ ਕੀ ਗੱਲ ਹੋਈ ਆ ਕਿਵੇਂ ਕੀ ਹੋਇਆ? ਅੱਜ ਤੋਂ 6-7 ਦਿਨ 5-7 ਦਿਨ ਪਹਿਲਾਂ ਦੀ ਗੱਲ ਹੈ। ਇਹਨਾਂ ਦੇ ਇੱਕ ਗਰੁੱਪ ਬਣਿਆ ਐਪ, ਐਪ ਦੇ ਵਿੱਚ 5-7 ਲੋਕ, ਮੈਂ ਇੱਥੇ ਬੋਲਣਾ ਨਹੀਂ ਚਾਹੁੰਦਾ ਤੁਹਾਡਾ ਲਾਈਵ ਦੇ ਵਿੱਚ, ਜੋ ਇਹਨਾਂ ਨੇ ਸ਼ਬਦਾਵਲੀ ਗੁਰੂ ਨਾਨਕ ਸਾਹਿਬ ਮਹਾਰਾਜ ਈਸਾਈ ਭਾਈਚਾਰੇ ਵਾਲੇ ਵੀ ਇਹਨਾਂ ਨੇ ਮਾੜਾ ਬੋਲਿਆ। ਮੈਂ ਸ਼ਬਦਾਵਲੀ ਬੋਲਾਂਗਾ, ਤੁਹਾਨੂੰ ਆਡੀਓ ਭੇਜ ਦਾਂਗੇ, ਤੁਸੀਂ ਦੇਖ ਲਿਓ, ਤੁਸੀਂ ਸੁਣੀ ਵੀ ਹੋਏਗੀ। ਇੰਨੀ ਘਟੀਆ ਸ਼ਬਦਾਵਲੀ, ਕਾਰਨ ਕੀ ਹੈ? ਸਿਰਫ ਤੇ ਸਿਰਫ ਸ਼ੋਹਰਤ ਲੈਣ ਵਾਸਤੇ, ਏਜੰਸੀਆਂ ਕੋਲ ਪੈਸਾ ਲੈਣ ਵਾਸਤੇ, ਝੂਠੀਆਂ ਸ਼ੋਹਰਤਾਂ ਵਾਸਤੇ ਇਹ ਲੋਕ ਕੰਮ ਕਰਦੇ ਨੇ। ਪੰਜਾਬ ਦਾ ਅਮਨ ਮਾਹੌਲ ਖਰਾਬ ਕਰਨਾ, ਐਂਬੂਲੈਂਸ ਆ ਰਹੀ ਹੈ ਪੂਰਾ ਨਗਾਇਆ ਜਾ ਰਿਹਾ, ਕਿਸੇ ਕੈਮਰਾਮੈਨ ਕਹੂੰਗਾ ਐਂਬੂਲੈਂਸ ਨੂੰ ਜ਼ਰੂਰ ਦਿਖਾਇਆ ਜਾਵੇ, ਤਾਂ ਜੋ ਜਿਹੜੀ ਐਂਬੂਲੈਂਸ ਹੈ ਇਹ ਆਪਾਂ ਦਿਖਾਈਏ ਵੀ ਜਿਹੜੀ ਐਂਬੂਲੈਂਸਾਂ ਨੂੰ ਰਾਹ ਦਿੱਤਾ ਜਾ ਰਿਹਾ, ਕੱਢੀ ਜਾ ਰਹੀ ਹੈ। ਅਤੇ ਆ ਜੋ ਆਪਾਂ ਅੱਗੇ ਵੀ ਜਿਹੜੀ ਗੱਲਬਾਤ ਆ ਆਪਣੀ ਜਾਰੀ ਰੱਖਦੇ ਹਾਂ ਬਾਬਾ ਜੀ ਨਾਲ, ਅਤੇ ਆਓ ਜ਼ਰੂਰ ਆਪਾਂ। ਹਾਂਜੀ ਸਾਡੇ ਨਾਲ ਬਾਬਾ ਕਰਨਵੀਰ ਸਿੰਘ ਬੱਸੀ ਜੀ, ਬਾਬਾ ਜੀ ਲੁਧਿਆਣੇ ਤੋਂ, ਉਹਨਾਂ ਦੇ ਵਿਚਾਰ ਜਾਣਦੇ ਵੀ ਉਹ ਕੀ ਕਹਿਣਾ ਚਾਹੁੰਦੇ ਇਸ ਘਟਨਾ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਇੱਕ ਪੰਕਤੀ ਹੈ ਕਿ ਖੱਤਰੀ ਬ੍ਰਾਹਮਣ ਛੂਤ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਕਿ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵਿਚਾਰਧਾਰਾ ਜਾਂ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਾਲਕ ਦੀ ਵਿਚਾਰਧਾਰਾ ਸਾਂਝੀ ਕਾਇਨਾਤ ਵਾਸਤੇ ਆ। ਇੱਥੇ 35 ਮਹਾਂਪੁਰਸ਼ ਸਾਡੇ ਕੋਲ ਨੇ ਜਿਹੜੇ ਕਿ ਕੁਛ ਸਾਡੇ ਭਗਤ ਸਾਹਿਬਾਨ, ਕੁਝ ਹਿੰਦੂ ਵੀ ਨੇ ਵਿੱਚ, ਕੁਝ ਮੁਸਲਮਾਨ ਵੀ ਨੇ ਵਿੱਚ। ਕਹਿਣ ਦਾ ਮੇਰਾ ਭਾਵ ਆ ਕਿ ਗੁਰੂ ਗ੍ਰੰਥ ਸਾਹਿਬ ਮਾਲਕ ਸਾਰੀ ਕਾਇਨਾਤ ਦਾ ਆ, ਸਾਰੀ ਮਨੁੱਖਤਾ ਦਾ ਆ, ਸਾਰੀ ਇਨਸਾਨੀਅਤ ਦਾ ਆ, ਪਰ ਕੁਝ ਗੰਦੇ ਲੋਕ, ਸ਼ਰਾਰਤੀ ਲੋਕ ਐਸੇ ਧਰਮ ਦੇ ਉੱਤੇ ਜਾਂ ਐਸੇ ਗ੍ਰੰਥ ਜਾਂ ਐਸੇ ਗੁਰੂ ਦੇ ਲਈ ਵੀ ਗੰਦੀ ਸ਼ਬਦਾਵਲੀ ਵਰਤਦੇ ਆ। ਸੋ ਉਹਨਾਂ ਸ਼ਬਦਾਂ ਦੀ ਅਸੀਂ ਨਿਖੇਧੀ ਕਰਦੇ ਹਾਂ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ 6 ਦਿਨ ਪਹਿਲਾਂ ਕਿ ਭਾਈ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ, ਪਰ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ। 6 ਦਿਨ ਹੋ ਗਏ ਆ ਆਖਰ ਨੂੰ, ਕਿ ਹੁਣ ਸਾਰੀ ਜਥੇਬੰਦੀਆਂ ਕਹਿ ਲਵਾਂ ਮੈਂ, ਸਾਰਾ ਸਮਾਜ ਕਹਿ ਲਵਾਂ, ਹਿੰਦੂ ਭਾਈਚਾਰਾ, ਮੁਸਲਿਮ ਭਾਈਚਾਰਾ, ਸਿੱਖ ਭਾਈਚਾਰਾ, ਇਹਨਾਂ ਨੂੰ ਮਜਬੂਰਨ ਸੜਕਾਂ 'ਤੇ ਬਹਿਣਾ ਪੈ ਗਿਆ। ਅਤੇ ਤੁਸੀਂ ਇਹ ਦੇਖੋ ਕਿ ਇਹ ਜਿਹੜੇ ਲੋਕ ਕੋਈ ਆਪਣੇ ਹੱਕਾਂ ਲਈ ਨਹੀਂ ਬੈਠੇ ਆ, ਸਿਰਫ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਐਸੇ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਹੜੇ ਕਿਸੇ ਦੇ ਰਾਈਵਰ ਦੇ ਖਿਲਾਫ ਬੋਲਦੇ ਆ, ਐਸੇ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਹੜਾ ਹਿੰਦੂ ਭਾਈਚਾਰਾ ਜਾਂ ਮੁਸਲਮਾਨ ਭਾਈਚਾਰਾ ਜਾਂ ਸਿੱਖ ਭਾਈਚਾਰੇ ਦੇ ਵਿਰੋਧ ਵਿੱਚ ਆ, ਜਿਹੜੇ ਇਨਸਾਨੀਅਤ ਦਾ ਭਾਈਚਾਰਾ ਆ, ਇਹ ਉਹ ਦੁਸ਼ਮਣ ਨੇ, ਲੋਕ ਗੰਦੀ ਸੋਚ ਦੇ ਮਾਲਕ ਨੇ, ਉਹਨਾਂ ਨੂੰ ਨੱਥ ਪਾਈ ਜਾਵੇ। ਇੱਕ ਹੋਰ ਗੱਲ ਇੱਥੇ ਮੈਂ ਛੋਟੀ ਜਿਹੀ ਕਹਿ ਦਵਾਂ, ਕਈ ਵਾਰ ਕੀ ਹੁੰਦਾ ਕੋਈ ਜਜ਼ਬਾਤਾਂ ਵਿੱਚ ਆ ਕੇ ਕੋਈ ਵੀਰ ਜਾਂ ਕਹਿ ਲਵਾਂ ਕੋਈ ਜੋ ਕੋਈ ਕਦਮ ਚੁੱਕ ਲੈਂਦਾ ਆ, ਫਿਰ ਉਹਦੇ ਬਾਰੇ ਬਹੁਤ ਵੱਡੀ ਕਾਰਵਾਈ ਹੁੰਦੀ ਹੈ ਨਾ। ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਇਹ ਹੈ ਕਿ ਐਸੀ ਕਾਰਵਾਈ ਕੋਈ ਨਾ ਹੋਵੇ, ਮਾਹੌਲ ਹੋਰ ਖਰਾਬ ਨਾ ਹੋਵੇ, ਹੋਰ ਗਰਮ ਨਾ ਹੋਵੇ, ਜਲਦੀ ਤੋਂ ਜਲਦੀ ਉਸ ਬੰਦੇ ਦੀ ਗ੍ਰਿਫਤਾਰੀ ਕੀਤੀ ਜਾਵੇ, ਤਾਂ ਕਿ ਸਾਰੇ ਵੀਰਾਂ ਨੇ ਇੱਥੇ ਬੈਠ ਕੇ ਫੈਸਲਾ ਕੀਤਾ ਕਿ ਅਣਮਿੱਥੇ ਸਮੇਂ ਦੇ ਲਈ, ਇਹਦਾ ਕੋਈ ਟਾਈਮ ਨਹੀਂ ਹੈ, ਇੱਥੇ ਤੁਸੀਂ ਬਾਕੀ ਧਰਨਿਆਂ ਦਾ ਬਾਕੀ ਮੋਰਚੇ ਦਾ ਟਾਈਮ ਹੁੰਦਾ ਕਿ 4 ਵਜੇ ਤੱਕ ਜਾਂ 5 ਵਜੇ ਤੱਕ, ਪਰ ਇਹਦਾ ਕੋਈ ਟਾਈਮ ਨਹੀਂ ਹੈ। ਇਹਦਾ ਟਾਈਮ ਲਾਸਟ ਇਹ ਹੈ ਕਿ ਜਿੰਨਾ ਟਾਈਮ ਇਹ ਬੰਦਾ ਗ੍ਰਿਫਤਾਰ ਨਹੀਂ ਹੁੰਦਾ ਉਨਾ ਟਾਈਮ ਇਹ ਮੋਰਚਾ ਚੱਲੀ ਜਾਣਾ, ਚਾਹੇ 2 ਦਿਨ ਲੱਗ ਜਾਵੇ, ਚਾਹੇ 2 ਮਹੀਨੇ ਲੱਗ ਜਾਵੇ ਜੀ। ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਆ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ ਜੀ ਬਾਬਾ ਕਰਨਵੀਰ ਬਸੀ ਜੀ। ਹਾਂਜੀ ਜ਼ਰੂਰ, ਸਾਡੇ ਨਾਲ ਸ਼ਾਹਿਦ ਅਲੀ ਖਾਨ ਵੀਰ ਜੀ ਇੱਥੇ ਬੈਠੇ ਨੇ, ਆ ਜਾਓ ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਹਾਂ ਜੀ। ਕੀ ਕਹਿਣਾ ਚਾਹੁੰਦੇ ਬਾਬੇ ਤੁਸੀਂ ਇਸ ਘਟਨਾ ਬਾਰੇ ਜੀ? ਦੇਖੋ ਭਾਈ, ਆਪਾਂ ਜਿਹੜੇ ਇੱਥੇ ਬੈਠੇ ਹਾਂ ਅਸੀਂ ਕੋਈ ਆਪਣੇ ਹੱਕ ਲਈ ਨਹੀਂ ਬੈਠੇ ਜਾਂ ਆਪਣਾ ਕਿਸੇ ਨਿੱਜੇ ਮਸਲੇ ਲਈ ਨਹੀਂ ਬੈਠੇ। ਇੱਥੇ ਜਿਹੜੇ ਹਜ਼ੂਰ ਸਾਹਿਬ ਦੀ ਜਿਵੇਂ ਬੇਅਦਬੀ ਹੁੰਦੀ ਰਹੀ ਆ, ਜਿਵੇਂ ਹੁਣ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਅਤੇ ਸਾਡੇ ਸ਼ਾਹੀ ਇਮਾਮ ਨੇ ਵੀ ਬਿਆਨ ਦਿੱਤਾ ਕਿ ਹੋਰ ਦੇਸ਼ਾਂ 'ਚ ਕਾਨੂੰਨ ਇੰਨੇ ਸਖਤ ਨੇ ਕਿ ਉੱਥੇ ਮਿੰਟਾਂ 'ਚ ਸੈਕਿੰਡਾਂ 'ਚ ਬੰਦੇ ਫੜੇ ਜਾਂਦੇ ਨੇ। ਅੱਜ ਇੱਥੇ ਹਫ਼ਤਾ ਹੋਣ ਚੱਲਦਾ ਵਾ ਅਤੇ ਉਹ ਬੰਦੇ ਦੀ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਅਤੇ ਉਹ ਬਾਹਰ ਜਾ ਕੇ ਉਹਦਾ ਵੀਡੀਓ ਪਾਈ ਜਾਂਦਾ ਵਾ, ਅਤੇ ਸਾਡੇ ਲੋਕ ਜਿਹੜੇ ਇੱਥੇ ਬੈਠੇ ਨੇ ਬਸ ਇਹਦੇ ਬੈਠੇ ਕਿ ਉਹਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਅਤੇ ਉਹਦੇ 'ਤੇ ਕਾਰਵਾਈ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਜਿਵੇਂ ਇੱਥੇ ਸਾਰੇ
धर्मां दा सांझा जिहड़ा मोर्चा लगे आप कह सकते हैं सिख भी ने ईसाई भी ने मुसलमान भीर भी ने एक साडे नाल भीर जी होर बैठे ने अज उन्हां तों भी जानदे आ की नाम भीर जी तुहाडा जी मेरा नाम कुलदीप सिंह है जी सब तो पहला वाहेगुरू जी का खालसा श्री वाहेगुरू जी की फतेह अज असीं समराला चौंक दे विच इकट्ठे होए हां जी पहली पातशाही गुरु नानक साहब नूं कोई नील रोड़ा नाम दा व्यक्ति आ उन्हें बहुत गलत बोलिया प्रशासन अगे यही अपील करते हैं भी इनू फड़ के गिरफ्तार करके सख्त तो सख्त सजावं दित्तियां जाण जिहड़े दे नाल तीन चार बंदे हंगारे भरदे आ उन्हों भी सख्त तो सख्त सजावं दित्तियां जाण ते असीं हर एक धर्म का सत्कार करते हैं भी अपने सिख धर्म की भी बेअदबी नहीं होण देवांगे चाहे सानू वध तो वध कोई भी होर भी संघर्ष करना पवे उहदे लई भी असीं तैयार वर तैयार हाँ प्रशासन की नलैकी ये आ मैं मुख्यमंत्री चन्नी जी नूं ये अपील करदा भी मुख्यमंत्री साहब जिहड़े 20-20 25-25 गनमैन लई फिरदे आ ना ये कोई MLA आ ना कोई ये करे कोई जेतू आ किसे कोई पंचायत मैंबर भी नहीं जिहड़े 20-20 मैंबर लई फिरदे आ पंजाब पुलिस दे जवानां नूं बैलटां गड्डियां दित्तियां ने जिवें बहुत कुछ इन्हां ने करिया हुंदा भी बड़े प्लेयर ही तकड़े आ भी जां कुछ इन्हां नूं भी जान नूं खतरा इन्हां नूं गनमैन दित्ते जाने चाहीदे आ मैं यही अपील करदा भी इन्हां दे गनमैन भी वापस लैके किते वधिया जगह ते लाओ जी ओह जिहड़ा उन्हां दा इन्ना खर्चा सारा गरीबां सर बोझ पैंदा सारी पब्लिक सर बोझ पैंदा भी ओह ना कीता जावे इन्हां दे गनमैन वापस लै जाण सारे सारे हिंदू भाईचारे दे गनमैन वापस लई जाण भी जिहड़ा जदों कोई खतरा नहीं साडे देश च अमन शांति साडा देश आ तां उन्हां नूं गनमैनां दी एड्डी की जरूरत पैंदी आ भी गनमैन लै के उन्हां ने निकलना हुंदा असीं सारे लोग एकजुट हो के रहने हैं जदों सानूं नहीं खतरा तां उन्हां कोई अलग खतरा भी उन्हां नूं गनमैन दित्ते आ 10-10, 15-15 गनमैन दित्ते आ जिवें बहुत VIP हुंदे आ इन्हां सारे लोगों तों गनमैन वापस करने चाहीदे आ यही मेरी मुख्यमंत्री जी नूं अपील आ वाहेगुरू जी का खालसा श्री वाहेगुरू जी की फतेह बहुत बहुत धन्यवाद जी जिवें वीर जी ने कहा कि जिहड़ा ये धरना है अणमिथे समय लई है ये जब तक दोषी गिरफ्तार नहीं हुंदा उदों तक धरना जारी रहेगा साडे नाल एक होर भाई साहब मौजूद ने आपां उहनां नाल भी गल्लबात करदे हां की नाम है जी तुहाडा मेरा नाम राम आनंद है अच्छा जी वाहेगुरू जी घटना हुई है किसी वीर ने मतलब की है किसी ने उन्होंने तुसीं की कहना चाहुंदे हो जिद्दां तुसीं हुण इत्थे बैठे हो अज सवेर तों उहदे बारे की कहना चाहुंदे हो जी वाहेगुरू जी का खालसा वाहेगुरू जी की फतेह मेरा नाम राम आनंद है और DSP तो मैं हैगा साथियों ये जिहड़ी चीज़ आ जिहड़ी घटना घटी आ ये घटना तो घटनी नहीं चाहिए आ ये बिल्कुल इन्हां लोकां दी नलायकी आ जिहड़े कुछ चंद लोग अपने देश दे विच पंजाब दे विच भी कुछ लोग रह रहे ने वो लोग उन्हां दे सिर ते हथ जिहड़ा ना ये सियासी लोकां दा वा BJP का RSS का वा क्योंकि ये लोग बार बार साडे धर्म के खिलाफ कोई ना कोई गलत गल बोलते रहेंगे जिदा हुण साडे गुरु महाराज ने पूरी दुनिया च प्रचार किया और मनुखता का उपदेश दिता उन्होंने और असी भी मनुखता की गल करते हैं तो मनुखता की गल करन वाले व्यक्ति के खिलाफ आ गल असी बर्दाश्त नहीं कर सकते क्योंकि साडे भाईचारे दे विच पाड़ पाउण दा ये लोग काम करदे आ कि ये लोग आपस च लड़न असी अपनी रोटी सेकी जाइए आ इन्हां दा कहना और इस दे विच नलायकी सब तो ज़्यादा प्रशासन दी आ इस देश नूं चलाउण वाले असी कई बार कहने आ मैं भी कहा क्योंकि जिहड़ा इस देश नूं चलाउण वाले तीन लोग हुंदे ने एक शहर दा DM हुंदा वा जिहनूं DC कहिंदे आ और एक CM हुंदा एक PM हुंदा तीन लोग आ जे तीन लोग गलत नीतियां ते चलन लग जाण तां अपने आप देश दे हालात खराब हो जांदे आ नहीं तां खुद दे विच बैठा बंदा एक मिंट च फड़िया जांदा और अज 5 दिन हो गए गिरफ्तार नहीं होया ये बड़ी शर्म दी गल आ बहुत गल बिल्कुल सही है जी सारे वीर जिन्ने ना भी गल कीती आ गल बहुत शर्म वाली है क्योंकि गुरु नानक पातशाह हर एक धर्म दे विच चाहे हिंदू ने मुसलमान ने ईसाई ने सिख धर्म हर एक धर्म दे विच गुरु नानक पातशाह नूं मन्निया जांदा उहनां दीआं सिख्यावां उप्पर चलिया जांदा सो असी उम्मीद करते हैं प्रशासन के अगे भी जल्द तो जल्द उस दोषी को गिरफ्तार किया जाए रस्ते कितनी परेशानियां ने जाम लग चुके हैं है ना आम लोग आम पब्लिक परेशान हो रही है तुसी प्रशासन को की जां तुसी अपने भाईचारे को की सुनेहा देना चाहते हो सर मैं भाईचारे को पहले तो यह सुनेहा देना चाहना यार एक बरकत आ एक गल पले मान लो जिस वेले एक छड्डिया आपां अज भी खत्म कल भी खत्म क्यों क्योंकि जिहदे घर का बच्चा जांदा जां जिहदा मां का पुत जांदा जिहदे अपना की नाम है
जाता वा उन्होंने पता लगता वा जिंद भैन का भरा जाता या जिदे भरा की भैन जाती है दर्द उन्होंने पता होंगे वा। बाकी अमित अरोड़े को मैं कहूँगा देख तू गलती की संगत सारी हैगी है बाबे की जे सिर चुका के नीमा होकर माफ़ी भी मंग लेंगा ना वीर कोई व्डा छोटा नहीं होंगे सिर्फ माफ़ी भी मंग ला तो एक चीज़ पल्ले बन ला कोई किसी रब न कह कुछ नहीं होंगे जो तुम लोग इन्ना तार तार हो इन्ने कोई जो कहता वै तो आप क्यों किसी के उपर उंगल चकते हैं पहले असी अपने गिरीवान चकीए कि हाँ भी क्या असी अपना घर गंदा करन दे हैगे हाँ हक दे विच जे असी हैगे हाँ तो फिर सामने वाले भी किचड़ सुट्टो जज के सुट्टो फिर जो यही करना है तो फिर घर बनाया क्यों फिर तुम किचड़ ही रह लो सूर वांगू फिर सूर वांगू किचड़ ही रह लो ना फिर करना की घर बना के घर साडा ये सारा देश साडा घर है इन्हू उजाड़ो ना ना उजाड़ो ये मेरी हाथ जोड़ के रिक्वेस्ट है थोड़ा की नाम है पूरा भी जी शिवम अरोड़ा जिहड़ा प्रशासन है ये जल्दी कार्रवाई करेगा तो दोषी नू गिरफ्तार करेगा उम्मीद करते हैं वीडियो तुहानू चंगी लगी होगी इस स्नेहे नू वध तों वध शेयर करियो धन्यवाद जी।